ਆਪ ਸਭ ਜੀ ਦਾ ਵੈਲਕਮ ਕਰਦੇ ਆ ਸਕੂਲ ਦੇ ਇਸ YouTube ਚੈਨਲ ਤੇ ਜਿਸ ਦਾ ਨਾਮ ਹੈ ਦੇਵ ਸਮਾਜ ਸਮਾਰਟ ਸਕੂਲ ਮੋਗਾ ਇਹ ਵੀਡੀਓ ਪਲੱਸ 2 ਦੇ ਪੋਲੀਟੀਕਲ ਸਾਇੰਸ ਵਿਸ਼ੇ ਨਾਲ ਸੰਬੰਧਿਤ ਹੈ ਇਹ ਵੀਡੀਓ ਅਗਰ ਤੁਹਾਨੂੰ ਵਧੀਆ ਲੱਗੇ ਤਾਂ ਜ਼ਰੂਰ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਹੀਂ ਭੁੱਲਣਾ ਜੋ ਆਪਣਾ ਟਾਪਿਕ ਹੈ ਪੜਨ ਦਾ ਉਹ ਹੈ ਨੌਕਰਸ਼ਾਹੀ ਦੀ ਭੂਮਿਕਾ ਅਤੇ ਕਾਰਜ ਰੋਲ ਐਂਡ ਫੰਕਸ਼ਨਸ ਆਫ ਬਿਊਰੋਕਰੇਸੀ ਲੋਕਤੰਤਰੀ ਰਾਜ ਵਿੱਚ ਨੌਕਰਸ਼ਾਹੀ ਦੀ ਭੂਮਿਕਾ অতি ਮਹੱਤਵਪੂਰਨ ਹੈ ਕਿਉਂਕਿ ਨੌਕਰਸ਼ਾਹੀ ਸਥਾਈ ਕਾਰਜਪਾਲਿਕਾ ਦੇ ਰੂਪ ਵਿੱਚ ਕੰਮ ਕਰਦੀ ਹੈ ਇਸ ਲਈ ਚਾਹੇ ਨੀਤੀਆਂ ਦੇ ਨਿਰਮਾਣ ਸੰਬੰਧੀ ਕਾਰਜ ਹੋਵੇ ਜਾਂ ਨੀਤੀਆਂ ਨੂੰ ਲਾਗੂ ਕਰਨਾ ਕਾਨੂੰਨ ਦੇ ਨਿਰਮਾਣ ਦਾ ਕੰਮ ਵਿੱਤੀ ਕੰਮ ਨਿਆਇਕ ਕਾਰਜਕਰਮ ਦੇ ਨਾਲ-ਨਾਲ ਨੌਕਰਸ਼ਾਹੀ ਸਰਕਾਰ ਅਤੇ ਜਨਤਾ ਵਿਚਕਾਰ ਇੱਕ ਕੜੀ ਦਾ ਕੰਮ ਵੀ ਕਰਦੀ ਹੈ ਆਓ ਜਾਣਦੇ ਹਾਂ ਨੌਕਰਸ਼ਾਹੀ ਦੇ ਕਾਰਜਾਂ ਬਾਰੇ ਸਭ ਤੋਂ ਪਹਿਲਾਂ ਜੋ ਕੰਮ ਹੈ ਨੌਕਰਸ਼ਾਹੀ ਦਾ ਉਹ ਹੈ ਨੌਕਰਸ਼ਾਹ ਆਪਣੇ ਕੰਮ ਵਿੱਚ નિਪੁੰਨ ਹੁੰਦੇ ਹਨ ਲੋਕਤੰਤਰੀ ਰਾਜ ਵਿੱਚ ਸ਼ਾਸਨ ਮੰਤਰੀ ਚਲਾਉਂਦੇ ਹਨ ਕਿਉਂਕਿ ਮੰਤਰੀ ਆਪਣੇ ਖੇਤਰ ਵਿੱਚ ਅਗਿਆਨੀ ਅਤੇ ਅਨੁਭਵਹੀਨ ਹੁੰਦੇ ਹਨ ਦੂਜੇ ਪਾਸੇ ਨੌਕਰਸ਼ਾ ਬੁੱਧੀਮਾਨ ਯੋਗ ਅਤੇ ਤਜਰਬੇਕਾਰ ਹੁੰਦੇ ਹਨ ਉਹਨਾਂ ਨੂੰ ਆਪਣੇ ਕੰਮ ਨੂੰ ਵਧੀਆ ਢੰਗ ਨਾਲ ਕਰਨਾ ਆਉਂਦਾ ਹੈ ਇਸ ਲਈ ਨੌਕਰਸ਼ਾ ਪ੍ਰਸ਼ਾਸਨ ਨੂੰ ਨਿਪੁੰਨਤਾ ਦਾ ਤਤ ਪ੍ਰਦਾਨ ਕਰਦੇ ਹਨ ਦੂਸਰਾ ਕੰਮ ਹੈ ਨੌਕਰਸ਼ਾ ਹੀ ਸਲਾਹ ਦਿੰਦੀ ਹੈ ਨੌਕਰਸ਼ਾ ਦਾ ਮੁੱਖ ਕੰਮ ਰਾਜਨੀਤਿਕ ਕਾਰਜਪਾਲਿਕਾ ਨੂੰ ਪ੍ਰਸ਼ਾਸਨ ਚਲਾਉਣ ਵਿੱਚ ਸਲਾਹ ਦੇਣਾ ਹੁੰਦਾ ਹੈ ਮંત્રી ਆਪਣੇ ਵਿਭਾਗਾਂ ਬਾਰੇ ਹਰ ਗੱਲ ਯਾਦ ਨਹੀਂ ਰੱਖਦੇ ਪਰ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਹਰ ਜਾਣਕਾਰੀ ਰੱਖਦੇ ਹਨ ਅਤੇ ਮੰਤਰੀਆਂ ਨੂੰ ਉਹਨਾਂ ਦੇ ਕੰਮ ਵਿੱਚ ਕੀਮਤੀ ਸਲਾਹ ਦਿੰਦੇ ਹਨ ਉਹ ਤਰਕਪੂਰਨ ਆંકੜੇ ਪੇਸ਼ ਕਰਕੇ ਮੰਤਰੀਆਂ ਦਾ ਕੰਮ ਸੌਖਾ ਕਰਦੇ ਹਨ ਤੀਸਰਾ ਜੋ ਕੰਮ ਹੈ ਉਹ ਹੈ ਨੀਤੀਆਂ ਦਾ ਨਿਰਮਾਣ ਕਰਨਾ ਲੋਕ ਰਾਜ ਵਿੱਚ ਨੀਤੀ ਨਿਰਮਾਣ ਦਾ ਕੰਮ ਮੰਤਰੀਆਂ ਦਾ ਹੁੰਦਾ ਹੈ ਪਰੰਤੂ ਨੌਕਰਸ਼ਾ ਉਹਨਾਂ ਦੇ ਇਸ ਕੰਮ ਵਿੱਚ ਉਹਨਾਂ ਦੀ ਸਹਾਇਤਾ ਕਰਦੇ ਹਨ ਕਿਉਂਕਿ ਸਰਕਾਰ ਜੋ ਹੈ ਉਹ ਮੋٹے ਰੂਪ ਵਿੱਚ ਨੀਤੀ ਨਿਰਮਾਣ ਦੀ ਕੋਸ਼ਿਸ਼ਨਾ ਕਰਦੀ ਹੈ ਔਰ ਜਿਹੜੇ ਜਿਹੜੇ ਡਿਪਾਰਟਮੈਂਟ ਦੇ ਮੰਤਰੀ ਲੋਕ ਹੁੰਦੇ ਹਨ ਹੈੱਡ ਹੁੰਦੇ ਹਨ ਉਹ ਨੌਕਰਸ਼ਾਹਾਂ ਤੇ ਉਸ ਸੰਬੰਧੀ ਸੂਚਨਾਵਾਂ ਲਈ ਨਿਰਭਰ ਕਰਦੇ ਹਨ ਤਾਂ ਨੌਕਰਸ਼ਾਹ ਉਸ ਸੰਬੰਧੀ ਸਾਰੇ ਆંકੜੇ ਮੰਤਰੀਆਂ ਸਾਹਮਣੇ ਪੇਸ਼ ਕਰਕੇ ਉਸ ਨੀਤੀ ਦੇ ਨਿਰਮਾਣ ਕਾਰਜ ਨੂੰ ਪੂਰਾ ਕਰਦੇ ਹਨ ਚੌਥਾ ਕੰਮ ਹੈ ਨੀਤੀਆਂ ਨੂੰ ਲਾਗੂ ਕਰਨਾ ਨੌਕਰ ਸ਼ਾਹਾਂ ਦਾ ਅਸਲੀ ਕੰਮ ਮੰਤਰੀਆਂ ਦੇ ਵੱਲੋਂ ਬਣਾਈਆਂ ਗਈਆਂ ਨੀਤੀਆਂ ਬਾਰੇ ਆਪਣੇ ਵਿਚਾਰ ਪ੍ਰਗਟ ਕਰਨਾ ਨਹੀਂ ਹੁੰਦਾ ਬਲਕਿ ਉਹਨਾਂ ਨੂੰ ਲਾਗੂ ਕਰਨਾ ਹੁੰਦਾ ਹੈ ਉਹ ਆਪ ਭਾਵੇਂ ਬਣਾਈਆਂ ਗਈਆਂ ਨੀਤੀਆਂ ਨਾਲ ਸਹਿਮਤ ਨਾ ਹੋਣ ਫਿਰ ਵੀ ਨੀਤੀਆਂ ਨੂੰ ਪੂਰੀ ਇਮਾਨਦਾਰੀ ਨਾਲ ਲਾਗੂ ਕਰਨਾ ਉਹਨਾਂ ਦਾ ਕੰਮ ਹੈ ਕਈ ਵਾਰੀ ਐਸੀਆਂ ਨੀਤੀਆਂ ਸਰਕਾਰ ਵੱਲੋਂ ਬਣਾਈਆਂ ਜਾਂਦੀਆਂ ਹਨ ਜਿਸ ਨਾਲ ਜਿਹੜੇ ਬਿਊਰੋਕਰੇਟਸ ਹੁੰਦੇ ਨੇ ਜੋ ਨੌਕਰ ਸ਼ਾਹ ਹੁੰਦੇ ਨੇ ਉਹ ਖੁਦ ਸਹਿਮਤ ਨਹੀਂ ਹੁੰਦੇ ਲੇਕਿਨ ਕਿਉਂਕਿ ਸਰਕਾਰ ਉਹਨਾਂ ਨੀਤੀਆਂ ਨੂੰ ਲਾਗੂ ਕਰਨਾ ਚਾਹੁੰਦੀ ਹੈ ਔਰ ਉਹਨਾਂ ਨੀਤੀਆਂ ਦਾ ਨਿਰਮਾਣ ਕਰਦੀ ਹੈ ਤਾਂ ਨਾ ਕੇਵਲ ਨਿਰਮਾਣ ਦੇ ਵਿੱਚ ਨੌਕਰ ਸ਼ਾਹ ਉਹਨਾਂ ਦੀ ਮਦਦ ਕਰਦੇ ਹਨ ਬਲਕਿ ਉਹਨਾਂ ਨੂੰ ਹੀ ਇਮਾਨਦਾਰੀ ਨਾਲ ਲਾਗੂ ਕਰਾਉਣ ਦੇ ਵਿੱਚ ਵੀ ਹਰ ਤਰ੍ਹਾਂ ਦੀ ਸੰਭਵ ਸਹਾਇਤਾ ਜਿਹੜੀ ਹੈ ਇਹ ਹੀ ਉਹਨਾਂ ਦੇ ਜਵਾਬ ਦਾ ਪਾਠ ਹੁੰਦਾ ਹੈ ਪੰਜਵਾਂ ਜੋ ਕੰਮ ਹੈ ਉਹ ਹੈ ਕਾਨੂੰਨ ਨਿਰਮਾਣ ਦਾ ਕੰਮ ਕਾਨੂੰਨ ਬਣਾਉਣ ਦਾ ਕੰਮ ਰਾਜਨੀਤਿਕ ਕਾਰਜਪਾਲਿਕਾ ਦਾ ਹੁੰਦਾ ਹੈ ਪਰੰਤੂ ਇਸ ਵਿੱਚ ਨੌਕਰਸ਼ਾਹ ਬਹੁਤ ਹੀ ਮਹੱਤਵਪੂਰਨ ਭੂਮਿਕਾ ਆਦਾ ਕਰਦੇ ਹਨ ਹੁਣ ਕਿਉਂਕਿ ਕਾਨੂੰਨ ਜਿਹੜਾ ਹੈ ਉਹ ਬਣਾਉਣਾ ਹੁੰਦਾ ਹੈ ਸਰਕਾਰ ਨੇ ਯਾਨੀ ਕਿ ਜਿਹੜੇ ਮੰਤਰੀ ਹੈੱਡ ਹੁੰਦੇ ਨੇ ਕਿਸੇ ਵੀ ਡਿਪਾਰਟਮੈਂਟ ਦੇ ਕਾਨੂੰਨ ਬਣਾਉਣ ਲਈ ਉਹ ਜ਼ਿੰਮੇਵਾਰ ਹੁੰਦੇ ਨੇ ਲੇਕਿਨ ਕਾਨੂੰਨ ਬਣਾਉਣ ਦਾ ਜਿਹੜਾ ਕੰਮ ਹੈ ਉਹ ਭਾਵੇਂ ਮੰਤਰੀ ਮੰਡਲ ਦੁਆਰਾ ਹੁੰਦਾ ਹੈ ਮંત્રી ਮੰਡਲ ਵਿੱਚ ਕਾਨੂੰਨ ਬਣਾਉਣ ਲਈ ਜੋ ਬਿੱਲ ਪੇਸ਼ ਕੀਤੇ ਜਾਂਦੇ ਹਨ ਉਹਨਾਂ ਦੀ ਰੂਪਰੇਖਾ ਅਧਿਕਾਰੀਆਂ ਵੱਲੋਂ ਤਿਆਰ ਕੀਤੀ ਜਾਂਦੀ ਹੈ ਵਿਧਾਨ ਸਭਾ ਵਿੱਚ ਜੋ ਪ੍ਰਸ਼ਨ ਮੰਤਰੀਆਂ ਕੋਲੋਂ ਪੁੱਛੇ ਜਾਂਦੇ ਹਨ ਉਹਨਾਂ ਦਾ ਜਵਾਬ ਅਧਿਕਾਰੀਆਂ ਵੱਲੋਂ ਹੀ ਤਿਆਰ ਕੀਤਾ ਜਾਂਦਾ ਹੈ ਹੁਣ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਹੁੰਦੀਆਂ ਨੇ ਹੁਣ ਸਰਕਾਰ ਦੇ ਵਿੱਚ ਜੋ ਪਾਰਟੀ ਹੈ ਉਹ ਕਾਨੂੰਨ ਬਣਾਉਂਦੀ ਹੈ ਬਿੱਲ ਲੈ ਕੇ ਆਉਂਦੀ ਹੈ ਉਹਦੇ ਤੇ ਚਰਚਾ ਹੁੰਦੀ ਹੈ ਔਰ ਜੋ ਪ੍ਰਸ਼ਨ ਵਿਰੋਧੀ ਪਾਰਟੀਆਂ ਆਪੋਜੀਸ਼ਨ ਪਾਰਟੀਆਂ ਗਵਰਨਮੈਂਟ ਵਾਲੀ ਸਰਕਾਰ ਆੜੀ ਜੋ ਪਾਰਟੀ ਹੈ ਉਹਦੇ ਤੋਂ ਪੁੱਛਦਿਆਂ ਨੇ ਤਾਂ ਉਹਨਾਂ ਪ੍ਰਸ਼ਨਾਂ ਦੇ ਜੋ ਉੱਤਰ ਨੇ ਉਹ ਟੈਕਨੀਕਲ ਤਰੀਕੇ ਨਾਲ ਕਿਉਂਕਿ ਆંકੜਿਆਂ ਦੇ ਵਿੱਚ ਜਵਾਬ ਦੇਣਾ ਹੁੰਦਾ ਮੰਤਰੀਆਂ ਨੇ ਸਟੀਕ ਜਵਾਬ ਦੇਣਾ ਹੁੰਦਾ ਤਾਂ ਉਹ ਸਾਰੇ ਆંકੜੇ ਜਿਹੜੇ ਬਿਊਰੋਕਰੇਟਸ ਨੇ ਉਹਨਾਂ ਵੱਲੋਂ ਤਿਆਰ ਕੀਤੇ ਜਾਂਦੇ ਹਨ ਇਹ ਤਾਂ ਇਸ ਤਰ੍ਹਾਂ ਕਾਨੂੰਨ ਨਿਰਮਾਣ ਦਾ ਜੋ ਕੰਮ ਹੈ ਉਸ ਦੇ ਵਿੱਚ ਵੀ ਬਿਊਰੋਕਰੇਟ ਜਿਹੜੇ ਨੇ ਉਹ ਮੰਤਰੀਆਂ ਦੇ ਸਹਾਇਕ ਹੁੰਦੇ ਹਨ ਕਾਰਜ ਹੈ ਛੇਵਾਂ ਵਿੱਤੀ ਕਾਰਜ ਯਾਨੀ ਪੈਸਿਆਂ ਨਾਲ ਸੰਬੰਧਿਤ ਬਜਟ ਤਿਆਰ ਕਰਨ ਵਿੱਚ ਨੌਕਰ ਸ਼ਾਹੀ ਦਾ ਬੜਾ ਅਹਿਮ ਰੋਲ ਹੁੰਦਾ ਹੈ। ਨੌਕਰ ਸ਼ਾਹ ਵੱਖ-ਵੱਖ ਵਿਭਾਗਾਂ ਦਾ ਖਰਚੇ ਦਾ ਅੰਦਾਜ਼ਾ ਲਗਾ ਕੇ ਵਿੱਤ ਵਿਭਾਗ ਨੂੰ ਭੇਜਦੇ ਹਨ। ਉਹਨਾਂ ਦੁਆਰਾ ਭੇਜੇ ਗਏ ਆਮਦਨ ਅਤੇ ਖਰਚ ਦੇ ਅਨੁਮਾਨ ਨਾਲ ਹੀ ਸਰਕਾਰ ਵੱਲੋਂ ਸਾਲਾਨਾ ਬਜਟ ਜਿਹੜਾ ਹੈ ਉਹ ਤਿਆਰ ਕੀਤਾ ਜਾਂਦਾ ਹੈ। ਤਾਂ ਜਿੰਨੇ ਵੀ ਡਿਪਾਰਟਮੈਂਟਸ ਸਰਕਾਰ ਦੇ ਹੁੰਦੇ ਨੇ ਉਹਨਾਂ ਦੇ ਵਿੱਚੋਂ ਜਿਹੜੇ ਵੱਡੇ ਬਿਊਰੋਕਰੇਟਸ ਅਫਸਰ ਲੋਗ ਹੁੰਦੇ ਨੇ ਉਹ ਆਪਦੇ-ਆਪ ਦੇ ਡਿਪਾਰਟਮੈਂਟ ਦੇ ਜੋ ਆંકੜੇ ਨੇ ਜੋ ਖਰਚ ਹੈ ਜੋ ਉਹਨਾਂ ਦੀ ਆਮਦਨ ਹੈ ਉਹ ਸਾਰੇ ਬਿਓਰੇ ਪੇਸ਼ ਕਰਦੇ ਨੇ ਔਰ ਸਰਕਾਰ ਜਿਹੜੀ ਹੈ ਫਿਰ ਉਹ ਦੇਖਦੀ ਹੈ ਕਿੱਥੇ ਖਰਚ ਜ਼ਿਆਦਾ ਹੈ ਤਾਂ ਉੱਥੇ ਅਗਰ ਕੁਝ ਬਚਤ ਕਰਨੀ ਹੈ ਜਾਂ ਕਿੱਥੇ ਖਰਚ ਹੋਰ ਕਰਨਾ ਹੈ ਤਾਂ ਉਹ ਪੈਸਾ ਜਿਹੜਾ ਹੋਰ ਖਰਚ ਕਰਨ ਵਾਲਾ ਹੈ ਉਹ ਕਿੱਥੋਂ ਆਏਗਾ ਤਾਂ ਕਿਸ ਫੀਲਡ ਦੇ ਵਿੱਚ ਟੈਕਸ ਜਿਹੜੇ ਨੇ ਉਹ ਲਾਏ ਜਾ ਸਕਦੇ ਨੇ ਤਾਂ ਇਹ ਸਾਰੀ ਚੀਜ਼ਾਂ ਦਾ ਫੈਸਲਾ ਉਸ ਅਨੁਮਾਨ ਦੇ ਆਧਾਰ ਤੇ ਕੀਤਾ ਜਾਂਦਾ ਹੈ ਔਰ ਇਹ ਅਨੁਮਾਨ ਲਗਾਉਣ ਦੇ ਵਿੱਚ ਆંકੜੇ ਕੌਣ ਪੇਸ਼ ਕਰਦਾ ਹੈ ਉਹ ਬਿਊਰੋਕ੍ਰੇਸੀ ਜਿਹੜੀ ਆ ਉਹ ਪੇਸ਼ ਕਰਦੀ ਹੈ ਨੌਕਰਸ਼ਾ ਪੇਸ਼ ਕਰਦੇ ਹਨ ਤਾਂ ਇਸ ਤਰ੍ਹਾਂ ਵਿੱਤੀ ਕਾਰਜ ਜਿਹੜੇ ਨੇ ਉਹ ਬਿਊਰੋਕਰੇਟਸ ਕਰਦੇ ਹਨ ਅਗਲਾ ਜਿਹੜਾ ਕਾਰਜ ਹੈ ਉਹ ਹੈ ਨਿਆਂ ਸੰਬੰਧੀ ਕਾਰਜ ਨਿਆਂ ਸੰਬੰਧੀ ਕਾਰਜਾਂ ਵਿੱਚ ਵੀ ਨੌਕਰ ਸ਼ਾਹੀ ਦੀ ਭੂਮਿਕਾ অতি ਮਹੱਤਵਪੂਰਨ ਹੈ ਕਿਉਂਕਿ ਵਿਭਾਗੀ ਝਗੜਿਆਂ ਦਾ ਨਿਪਟਾਰਾ ਪ੍ਰਸ਼ਾਸਨਿਕ ਅਦਾਲਤਾਂ ਵਿੱਚ ਕੀਤਾ ਜਾਣ ਲੱਗਾ ਹੈ ਜਿਵੇਂ ਆਮਦਨ ਕਰ ਬਾਰੇ ਫੈਸਲਾ ਕਰਨ ਦਾ ਅਧਿਕਾਰ ਆਮਦਨ ਕਰ ਕਮਿਸ਼ਨਰ ਦਾ ਹੁੰਦਾ ਹੈ ਇਸੇ ਤਰ੍ਹਾਂ ਅਗਰ ਆਪਾਂ ਹੋਰ ਗੱਲ ਕਰੀਏ ਤਾਂ ਜਿਵੇਂ ਲੇਬਰ ਦੇ ਵਿੱਚ ਇਸ ਤਰ੍ਹਾਂ ਹੈ ਕਿ ਅਗਰ ਕੋਈ ਕਿਸੇ ਮਜ਼ਦੂਰ ਨੂੰ ਕੋਈ ਸਮੱਸਿਆ ਆ ਜਾਂਦੀ ਹੈ ਕੋਈ مالی ਨੁਕਸਾਨ ਉਸ ਦਾ ਹੋ ਜਾਂਦਾ ਹੈ ਕੰਮ ਕਰਦੇ ਹੋਏ ਤਾਂ ਉਸ ਦੇ ਬਾਰੇ ਫੈਸਲਾ ਕਰਨ ਦਾ ਅਧਿਕਾਰ ਵੀ ਉਸ ਡਿਪਾਰਟਮੈਂਟ ਦੇ ਵੱਡੇ ਬਿਊਰੋਕਰੇਟਸ ਨੂੰ ਹੁੰਦਾ ਹੈ ਯਾਨੀ ਉਹਦਾ ਕਿੰਨਾ ਨੁਕਸਾਨ ਹੋਇਆ ਉਹਦੀ ਜੋ ਪਰਪਾਈ ਕਰਨੀ ਹੈ ਜੋ ਕੰਪਨਸੇਸ਼ਨ ਦਿੱਤਾ ਜਾਣਾ ਹੈ ਤਾਂ ਉਹਨਾਂ ਦਾ ਨਿਬਟਾਰਾ ਬਿਊਰੋਕਰੇਟਸ ਦੁਆਰਾ ਕੀਤਾ ਜਾਂਦਾ ਹੈ ਤਾਂ ਇਸ ਤਰ੍ਹਾਂ ਨਿਆਹ ਕਾਰਜਾਂ ਦੇ ਵਿੱਚ ਵੀ ਬਿਊਰੋਕ੍ਰੇਸੀ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਅੱਗੇ ਹੈ ਆਰਥਿਕ ਅਤੇ ਸਮਾਜਿਕ ਵਿਕਾਸ ਕਾਰਜ ਲੋਕ ਰਾਜ ਵਿੱਚ ਆਰਥਿਕ ਅਤੇ ਸਮਾਜਿਕ ਵਿਕਾਸ ਸੰਬੰਧੀ ਕਾਰਜ ਨੂੰ ਕਰਨਾ ਵੀ ਨੌਕਰਸ਼ਾਹੀ ਤੋਂ ਬਿਨਾ ਬਹੁਤ ਮੁਸ਼ਕਲ ਹੈ ਕਿਉਂਕਿ ਸਰਕਾਰ ਯੋਜਨਾਵਾਂ ਬਣਾਉਂਦੀ ਹੈ ਉਹਨਾਂ ਲੋਕਾਂ ਤੱਕ ਨੌਕਰਸ਼ਾਹੀ ਤੋਂ ਬਿਨਾ ਉਹ ਸਕੀਮਾਂ ਜਾਂ ਯੋਜਨਾਵਾਂ ਨਹੀਂ ਪਹੁੰਚ ਸਕਦੀਆਂ ਸਰਕਾਰ ਵੱਲੋਂ ਜੋ ਵੀ ਨੀਤੀਆਂ ਜਨ ਕਲਿਆਣ ਕਰਨ ਲਈ ਬਣਾਈਆਂ ਜਾਂਦੀਆਂ ਹਨ ਉਹਨਾਂ ਨੂੰ ਲੋਕਾਂ ਵਿੱਚ ਸਫਲਤਾਪੂਰਕ ਪਹੁੰਚਾਉਣ ਪਹੁੰਚਾਣਾ ਕੁਸ਼ਲ ਨੌਕਰ ਸ਼ਾਹੀ ਦਾ ਕੰਮ ਹੁੰਦਾ ਹੈ ਕਿਉਂਕਿ ਜਿਹੜੇ ਨੌਕਰ ਸ਼ਾਹ ਨੇ ਆਮ ਪਬਲਿਕ ਦੇ ਵਿੱਚ ਵਿਚਰਦੇ ਨੇ ਉਹਨਾਂ ਦੇ ਵਿੱਚੋਂ ਹੀ ਹੁੰਦੇ ਨੇ ਉਹਨਾਂ ਨਾਲ ਸਿੱਧੇ ਸੰਪਰਕ ਦੇ ਵਿੱਚ ਹੁੰਦੇ ਹਨ ਤਾਂ ਜੋ ਵੀ ਪਾਲਿਸੀਆਂ ਸਰਕਾਰ ਲਿਆਂਦੀ ਹੈ ਆਮ ਲੋਕਾਂ ਦੇ ਭਲੇ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਸਕੀਮ ਜਿਹੜੀ ਹੈ ਉਹ ਆਮ ਪਬਲਿਕ ਤੱਕ ਉਹਨੂੰ ਡਾਇਰੈਕਟਲੀ ਪਹੁੰਚਾਉਣ ਦਾ ਕੰਮ ਜਿਹੜਾ ਹੈ ਉਹ ਬਿਊਰੋਕਰੇਟਸ ਜਿਹੜੇ ਨੇ ਕਰਦੇ ਨੇ ਤਾਂ ਇਸ ਤਰ੍ਹਾਂ ਆਰਥਿਕ ਔਰ ਸਮਾਜਿਕ ਵਿਕਾਸ ਦਾ ਜਿਹੜਾ ਕੰਮ ਹੈ ਉਸ ਦੇ ਵਿੱਚ ਵੀ ਬਿਊਰੋਕਰੇਟਸ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਰੋਲ ਜਿਹੜਾ ਹੈ ਉਹ ਅਦਾ ਕਰਦੇ ਹਨ ਅਗਲਾ ਕਾਰਜ ਹੈ ਨੌਵਾਂ ਸਰਕਾਰ ਅਤੇ ਜਨਤਾ ਵਿੱਚ ਕੜੀ ਦਾ ਕੰਮ ਲੋਕ ਸੇਵਕ ਜਨਤਾ ਦੇ ਨੇੜੇ ਹੁੰਦੇ ਹਨ ਅਤੇ ਜਨਤਾ ਦੀਆਂ ਸਮੱਸਿਆਵਾਂ ਨੂੰ ਵਧੀਆ ਢੰਗ ਨਾਲ ਸਮਝਦੇ ਹਨ ਉਹ ਉਹਨਾਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਂਦੇ ਹਨ ਅਤੇ ਸਰਕਾਰ ਵੱਲੋਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੀਤੇ ਗਏ ਫੈਸਲਿਆਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੰਦੇ ਹਨ ਇਸ ਪ੍ਰਕਾਰ ਉਹ ਲੋਕਾਂ ਅਤੇ ਸਰਕਾਰ ਵਿਚਕਾਰ ਕੜੀ ਦਾ ਕੰਮ ਕਰਦੇ ਹਨ ਕਿਉਂਕਿ ਨੀਤੀਆਂ ਸਰਕਾਰ ਬਣਾਉਂਦੀ ਹੈ ਔਰ ਲਾਗੂ ਕਿਨਾਂ ਤੇ ਹੋਣੀਆਂ ਹੁੰਦੀਆਂ ਨੇ ਉਹ ਆਮ ਜਨਤਾ ਤੇ ਲਾਗੂ ਹੋਣੀਆਂ ਹੁੰਦੀਆਂ ਨੇ ਪਬਲਿਕ ਤੇ ਲਾਗੂ ਹੋਣੀਆਂ ਹੁੰਦੀਆਂ ਨੇ ਔਰ ਆਮ ਪਬਲਿਕ ਨਾਲ ਸਿੱਧੇ ਸੰਪਰਕ ਵਿੱਚ ਬਿਊਰੋਕਰੇਟਸ ਯਾਨੀ ਨੌਕਰ ਸ਼ਾਹੀ ਦੇ ਜੋ ਮੈਂਬਰ ਨੇ ਉਹ ਰਹਿੰਦੇ ਨੇ ਤਾਂ ਜੋ ਸਰਕਾਰ ਵੱਲੋਂ ਸਕੀਮਾਂ ਨੇ ਉਹ ਯਾਨੀ ਫਾਇਦੇ ਲਈ ਬਣਾਈਆਂ ਗਈਆਂ ਉਹ ਲੋਕਾਂ ਨੂੰ ਦੱਸਣਾ ਕਿ ਸਰਕਾਰ ਤੁਹਾਡੇ ਲਈ ਆ ਕਰ ਰਹੀ ਹੈ ਜਾਂ ਕੋਈ ਸਕੀਮ ਲਿਆਈ ਹੈ ਤਾਂ ਉਹਦੇ ਵਿੱਚ ਆ ਬੈਨੀਫਿਟ ਤੁਹਾਨੂੰ ਹੋ ਸਕਦਾ ਹੈ ਤਾਂ ਲੋਕਾਂ ਨੂੰ ਜਾਣਕਾਰੀ ਦਿੰਦੀ ਹੈ ਬਿਊਰੋਕਰੇਸੀ ਔਰ ਲੋਕਾਂ ਦੀਆਂ ਜੋ ਸਮੱਸਿਆਵਾਂ ਨੇ ਉਸ ਬਾਰੇ ਉਹ ਸਰਕਾਰ ਨੂੰ ਦੱਸਦੀ ਹੈ ਕਿ ਵੀ ਆਮ ਪਬਲਿਕ ਨੂੰ ਆ ਸਮੱਸਿਆ ਹੈ ਤਾਂ ਦੋਨਾਂ ਵਿਚਕਾਰ ਕੜੀ ਦਾ ਕੰਮ ਸਰਕਾਰ ਔਰ ਆਮ ਜਨਤਾ ਦੇ ਵਿਚਾਲੇ ਕੰਮ ਕਰਦੀ ਹੈ ਬਿਊਰੋਕਰੇਸੀ ਯਾਨੀ ਕਿ ਨੌਕਰ ਅਗਲਾ ਜੋ ਕੰਮ ਹੈ ਨੌਕਰਸ਼ਾਹੀ ਸ਼ਾਸਨ ਵਿੱਚ ਸਥਿਰਤਾ ਨੂੰ ਬਣਾਈ ਰੱਖਦੀ ਹੈ ਕਈ ਕੰਮਾਂ ਨੂੰ ਕਰਨ ਵਿੱਚ ਮੰਤਰੀ ਜਲਦਬਾਜ਼ੀ ਦਿਖਾਉਂਦੇ ਹਨ ਕਿ ਉਹਨਾਂ ਦਾ ਆਧਾਰ ਆਮ ਜਨਤਾ ਤੋਂ ਮਿਲਣ ਵਾਲੀਆਂ ਵੋਟਾਂ ਹੁੰਦੀਆਂ ਹਨ ਭਾਵੇਂ ਉਸ ਕੰਮ ਦਾ ਆਮ ਜਨਤਾ ਨੂੰ ਲਾਭ ਨਾਲੋਂ ਜ਼ਿਆਦਾ ਨੁਕਸਾਨ ਹੋਵੇ ਪਰੰਤੂ ਨੌਕਰਸ਼ਾ ਆਪਣੇ ਅਨੁਭਵ ਨਾਲ ਅਤੇ ਸੂਝ-ਬੂਝ ਨਾਲ ਕੰਮ ਕਰਦੇ ਹਨ ਉਹਨਾਂ ਨੂੰ ਕੋਈ ਜਲਦਬਾਜ਼ੀ ਨਹੀਂ ਹੁੰਦੀ ਉਹ ਜੋਸ਼ ਵਿੱਚ ਆ ਕੇ ਕੋਈ ਕੰਮ ਨਹੀਂ ਕਰਦੇ ਇਸ ਤਰ੍ਹਾਂ ਉਹ ਸ਼ਾਸਨ ਵਿੱਚ ਸਥਿਰਤਾ ਬਣਾਈ ਰੱਖਦੇ ਹਨ ਹੁਣ ਕਈ ਵਾਰੀ ਕਿਉਂਕਿ ਜਿਸ ਪਾਰਟੀ ਦੀ ਸਰਕਾਰ ਹੈ ਉਹ ਪਾਰਟੀ ਦੀ ਸਰਕਾਰ ਵੋਟਾਂ ਦੇ ਸਿਰ ਤੇ ਬਣਦੀ ਹੈ ਕਿਉਂਕਿ ਆਮ ਜਨਤਾ ਜਦੋਂ ਵੋਟਾਂ ਹੁੰਦੀਆਂ ਨੇ ਵੋਟਾਂ ਪਾਈਆਂ ਜਾਂਦੀਆਂ ਨੇ ਤਾਂ ਉਹਦੇ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਜਿਸ ਪਾਰਟੀ ਨੂੰ ਵੋਟਾਂ ਮਿਲਦੀਆਂ ਨੇ ਜਿੰਦੀ ਮੈਜੋਰਟੀ ਆਂਦੀ ਹੈ ਉਸ ਦੀ ਸਰਕਾਰ ਬਣਦੀ ਹੈ ਯਾਨੀ ਸਰਕਾਰ ਦਾ ਆਧਾਰ ਹੈ ਵੋਟਾਂ ਤਾਂ ਸਰਕਾਰ ਉਹਨਾਂ ਵੋਟਾਂ ਦੇ ਨੂੰ ਖੁਸ਼ ਕਰਨ ਲਈ ਕਈ ਵਾਰੀ ਐਸੀਆਂ ਪਾਲਿਸੀਆਂ ਐਸੀ ਚੀਜ਼ਾਂ ਦਾ ਐਲਾਨ ਕਰਦੀ ਹੈ ਜੋ ਕਈ ਵਾਰੀ ਲੰਬੇ ਸਮੇਂ ਲਈ ਲੋਕਾਂ ਲਈ ਫਾਇਦੇਮੰਦ ਨਹੀਂ ਹੁੰਦੀਆਂ ਇਹ ਕਿਸੇ ਇੱਕ ਵਰਗ ਲਈ ਨੁਕਸਾਨਦਾਇਕ ਹੋ ਸਕਦੀਆਂ ਨੇ ਤਾਂ ਬਿਊਰੋਕਰੇਟਸ ਇਸ ਤਰ੍ਹਾਂ ਦੇ ਕੰਮ ਕਰਨ 'ਚ ਜਲਦਬਾਜ਼ੀ ਨਹੀਂ ਦਿਖਾਉਂਦੇ ਕਿਉਂਕਿ ਉਹਨਾਂ ਦਾ ਲੰਮਾ ਤਜਰਬਾ ਹੁੰਦਾ ਹੈ ਔਰ ਉਹਨਾਂ ਦੀ ਨੌਕਰੀ ਦਾ ਆਧਾਰ ਵੋਟਾਂ ਨਹੀਂ ਹੁੰਦੀਆਂ ਇਸ ਕਰਕੇ ਸ਼ਾਸਨ ਵਿੱਚ ਸਥਿਰਤਾ ਬਣਾਈ ਰੱਖਣਾ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ ਇਸ ਚੀਜ਼ ਨੂੰ ਬਣਾਈ ਰੱਖਣਾ ਇਹ ਨੌਕਰਸ਼ਾਹੀ ਇਸ ਕੰਮ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਇਸ ਤਰ੍ਹਾਂ ਇਹ ਕਿਹਾ ਜਾ ਸਕਦਾ ਹੈ ਕਿ ਆਧੁਨਿਕ ਰਾਜ ਵਿੱਚ ਨੌਕਰਸ਼ਾਹੀ ਦੀ ਭੂਮਿਕਾ অতি ਮਹੱਤਵਪੂਰਨ ਹੈ ਕਿਉਂਕਿ ਡੈਮੋਕ੍ਰੇਸੀ ਜਿਹੜੀ ਹੈ ਲੋਕਤੰਤਰ ਜਿਹੜਾ ਹੈ ਉਸ ਦੇ ਵਿੱਚ ਲੋਕਾਂ ਦਾ ਰਾਜ ਹੈ ਲੋਕਾਂ ਦੇ ਲਈ ਰਾਜ ਹੈ ਔਰ ਲੋਕਾਂ ਦੁਆਰਾ ਹੀ ਰਾਜ ਕੀਤਾ ਜਾਣਾ ਹੈ ਔਰ ਸਾਰਾ ਕੰਮ ਡੈਮੋਕ੍ਰੇਸੀ ਦੇ ਵਿੱਚ ਅਸਲ 'ਚ ਕੋਈ ਮਾਲਕ ਨਹੀਂ ਹੁੰਦਾ ਹੁੰਦੇ ਸਾਰੇ ਨੌਕਰ ਨੇ ਤਾਂ ਨੌਕਰਸ਼ਾਹ ਇਸ ਸਿਸਟਮ ਦੇ ਵਿੱਚ অতি ਮਹੱਤਵਪੂਰਨ ਰੋਲ ਜਿਹੜਾ ਹੈ ਉਹ ਪਲੇ ਕਰਦੇ ਨੇ ਤਾਂ ਪਿਆਰੇ ਵਿਦਿਆਰਥੀਓ ਇਹ ਸੀ ਅੱਜ ਦਾ ਆਪਣਾ ਟੌਪਿਕ ਬਿਊਰੋਕ੍ਰੇਸੀ ਦਾ ਰੋਲ ਤੇ ਫੰਕਸ਼ਨਸ ਯਾਨੀ ਕਿ ਕਾਰਜ ਉਹਨਾਂ ਦੇ ਕੀ ਨੇ ਤੇ ਅੱਜ ਦੀ ਵੀਡੀਓ ਅਗਰ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਜ਼ਰੂਰ ਇਸ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕੋਈ ਵਧੀਆ ਗੱਲ ਅਗਰ ਇਹਦੇ ਵਿੱਚ ਤੁਹਾਨੂੰ ਅੱਛੀ ਲੱਗੀ ਹੈ ਤਾਂ ਜ਼ਰੂਰ ਕਮੈਂਟ ਕਰਕੇ ਸਾਨੂੰ ਦੱਸਿਆ ਕਰੋ ਅਗਰ ਕੋਈ ਮਾੜੀ ਚੀਜ਼ ਵੀ ਲੱਗੀ ਹੈ ਉਹ ਵੀ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ ਤਾਂ ਕਿ ਅਗਲੀ ਵੀਡੀਓ ਦੇ ਵਿੱਚ ਉਸ ਦਾ ਸੁਧਾਰ ਕੀਤਾ ਜਾ ਸਕੇ ਸਕੂਲ ਦੇ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਪੜਦੇ ਰਹੋ ਖੁਸ਼ ਰਹੋ ਥੈਂਕ ਯੂ